ਮੈਨੂੰ ਤਾਂ ਰੋਟੀ ਦੇ ਦੇ ਮੈਨੂੰ ਭੁੱਖ ਲੱਗੀ ਆ ਮੈਂ ਸਵੇਰ ਦੀ ਭੁੱਖੀ ਦੇਖੀ ਉਹਦੀ ਫਿਕਰ ਨਹੀਂ ਆ ਤੁਹਾਨੂੰ ਆਪਣੀ ਰੋਟੀ ਦੀ ਭਈ ਬਾਹਰੋਂ ਗੁੱਜੇ ਦਾ ਚ ਖਾਓ ਮੇਰੇ ਕੋਲ ਨਹੀਂ ਬਣਦੀ ਆ ਮੈਨੂੰ ਤੇ ਆਪ ਬੜੀ ਭੁੱਖ ਲੱਗੀ ਆ ਹਾਏ ਤੇ ਚੰਨ ਕਦੋਂ ਨਿਕਲੂਗਾ ਲੈ ਹੁਣ ਸਵੇਰੇ 10 ਵਜੇ ਚੰਨ ਨਿਕਲਉਣਾ ਵਾ ਅਜੇ 10 ਹੀ ਵਜੇ ਆ ਆਹੋ ਸਾਰੀ ਦੇ ਮੰਮੀ ਕਥਾ ਸੁਣਨ ਕਿੰਨੇ ਵਜੇ ਜਾਣਾ ਵਾ ਆਉਣੀ ਮੈਂ ਫੇਰ ਓਏ ਮੈਨੂੰ ਦੇ ਦੇ ਕੋ ਖਾਣ ਨੂੰ ਹਾਏ ਆਪਣੇ ਖਾਣ ਦੀ ਪਈ ਆ ਮੈਂ ਸਵੇਰ ਦੀ ਭੁੱਖੀ ਬੈਠੀ ਉਹਦਾ ਕੋਈ ਫਿਕਰ ਨਹੀਂਗਾ ਆ ਜਿਹੜੀ ਸਵੇਰੇ 4:30 ਵਜੇ ਉੱਠ ਕੇ 2.5 ਕਿਲੋ ਫੈਣੀਆਂ ਖਾਧੀਆਂ ਹੀ ਆਏ ਨੇ ਸਾਰਾ ਕੁਝ ਇਹਨਾਂ ਬਦਲੇ ਕਰਦੇ ਤੇ ਮੈਨੂੰ ਇਹ ਗੱਲਾਂ ਕਰਦੇ ਆ ਵੀ ਆਹ ਮੈਂ ਹੁਣੇ ਹੁਣੇ ਕੋਠੇ ਤੇ ਚੜੀ ਤੇ ਉਹ ਵੀ ਕੋਠੇ ਚੜੀ ਮੈਂ ਵੇਖਿਆ ਉਹਨੂੰ ਓਏ ਕਿੱਡਾ ਭੈੜਾ ਸੂਟ ਪਾਇਆ ਇਹਦਾ ਪਿਛਲੀ ਵਾਰ ਦਾ ਸੂਟ ਵੀ ਬੜਾ ਭੈੜਾ ਸੀ ਇਹਨੂੰ ਫੈਸ਼ਨ ਦੀ ਮਾਤਾ ਸੈਂਸ ਨਹੀਂ ਹੈਗੀ ਕਿਤੇ ਮੈਂ ਹਿਸਾਬ ਲਾਇਆ ਹਾਂਜੀ ਮੈਂ ਤੁਹਾਨੂੰ ਕਿਹਾ ਮੈਨੂੰ ਅੱਜ ਬੁਲਾਓ ਨਾ ਮੇਰਾ ਵਰਤਿਆ ਨਹੀਂ ਨਹੀਂ ਮੈਨੂੰ ਤੇ ਸਵੇਰ ਦੀ ਮਾਸਾ ਭੁੱਖ ਨਹੀਂ ਲੱਗੀ ਐ ਬੜਾ ਵਧੀਆ ਆ ਓਏ ਉੱਤਰ ਇੱਥੇ ਉੱਤਰ ਆ ਸਵੀਟੀ ਆ ਲਵੇ ਸੂਟ ਵੇ ਪਾਇਆ ਲਾਲ ਰੰਗ ਦਾ ਰਾਦੇ ਮਾਈ ਲੱਗਣ ਦੇ ਹੀ ਹਾਂ ਨਹੀਂ ਨਹੀਂ ਮੈਨੂੰ ਤੇ ਇਹਨਾਂ ਨੇ ਐ ਕਿ ਨਾ ਮੈਨੂੰ ਜਾ ਕੇ ਦੁਕਾਨ ਤੇ ਕਹਿੰਦੇ ਜਿਹੜਾ ਤੂੰ ਸੂਟ ਲੈਣਾ ਨਾ ਤੂੰ ਉਹ ਲੈ ਲੈ ਮਹਿੰਗਾ ਸੂਟ ਲੈ ਕੇ ਦਿੱਤਾ ਮੈਨੂੰ ਹਾਂ ਥੈਂਕ ਯੂ ਆ ਵਗ ਚੰਨ ਕਦੋਂ ਨਿਕਲੂਗਾ ਨਿਕਲਾ ਹਾਏ ਫੜਾ ਮੈਨੂੰ ਹਾਏ ਕਿਤੇ ਮੈਂ ਛੱਡ ਨਹੀਂ